ਤੇ ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਵਿਚਾਰ ਵਟਾਂਦਰਾ ਅੱਜ ਲੈ ਕੇ ਅਸੀਂ ਕਰ ਰਹੇ ਹਾਂ ਕੀ ਏਜੰਡਾ ਹੈਗਾ ਹੈ ਬੀਜੇਪੀ ਗਵਰਨਮੈਂਟ ਦਾ ਆਉਣ ਵਾਲੇ ਸਮੇਂ ਦੇ ਵਿੱਚ 2019 ਦੇ ਵਿੱਚ ਜੋ ਕਿ ਲੋਕ ਸਭਾ ਚੋਣਾਂ ਹੋਣੀਆਂ ਹਨ ਔਰ ਇਹ ਵੇਖਣ ਨੂੰ ਮਿਲ ਰਿਹਾ ਔਰ ਇਹ ਸਮਝ ਵੀ ਆ ਰਹੀ ਹੈ ਮੀਡੀਆ ਰਿਪੋਰਟਸ ਕਹੀਂ ਦੱਸ ਵੀ ਰਹੀਆਂ ਹਨ ਕਿ ਹਿੰਦੂ ਏਜੰਡੇ ਦੇ ਵੱਲ ਜਿਹੜਾ ਹੈ ਭਾਰਤ ਹੁਣ ਅੱਗੇ ਵਧ ਰਿਹਾ ਵਾਅਦਾ ਜਿਹੜਾ ਸੀਗਾ ਉਹ ਸੀਗਾ ਕਿ ਜਿਹੜੇ ਕਰੂਡ ਆਇਲ ਦੇ ਰੇਟ ਨੇ ਯਾਨੀ ਕਿ ਜੇਕਰ ਅਸੀਂ ਪੈਟਰੋਲ ਔਰ ਡੀਜ਼ਲ ਦੀ ਗੱਲ ਕਰੀਏ ਕਿਉਂਕਿ ਮੈਂ ਇਸ ਕਰਕੇ ਸਮਝਦਾ ਪੈਟਰੋਲ ਔਰ ਡੀਜ਼ਲ ਦੇ ਰੇਟ ਅਗਰ ਨਹੀਂ ਘੱਟ ਹੋਏ ਤਾਂ ਉਹਦਾ ਕਾਰਨ ਕੀ ਰਹਿ ਸਕਦਾ ਉਹਦਾ ਕਾਰਨ ਕਿਤੇ ਨਾ ਕਿਤੇ ਫਾਈਨੈਂਸ ਮਿਨਿਸਟਰ ਉਹਨਾਂ ਨੂੰ ਉਹਨਾਂ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਦੀ ਕਰੂਡ ਆਇਲ ਐਂਡ ਦੀ ਪੈਟਰੋਲੀਅਮ ਪ੍ਰੋਡਕਟ ਇੰਪੋਰਟਸ ਰੂਸ ਟੂ 268 ਮਿਲੀਅਨ ਟਨਸ ਇਨ 2016 2016 ਅਤੇ 17 ਦੇ ਵਿੱਚ ਫਰੋਮ 2019 ਮਿਲੀਅਨ ਟਨਸ ਇਨ 2013 ਅਤੇ 14 ਦੇ ਵਿੱਚ ਦੀ ਮਨੀ ਸਪੈਂਟ ਔਨ ਇਜ਼ ਆਲਮੋਸਟ 165 ਬਿਲੀਅਨ ਡਾਲਰਸ ਟੂ 87 ਬਿਲੀਅਨ ਡਾਲਰਸ ਡਿਊਰਿੰਗ ਦ ਪੀਰੀਅਡ ਡਿਊ ਟੂ ਦੀ ਸ਼ਾਰਪ ਡਿਕਲਾਈਨ ਇਨ ਦੀ ਕਰੂਡ ਆਇਲ ਪ੍ਰਾਈਸਿਸ 2014 ਦੇ ਵਿੱਚ ਜਦ ਪ੍ਰਾਈਸਿਸ ਵੀ ਘੱਟ ਹੋ ਗਏ ਫਿਰ ਇੰਡੀਆ ਦੇ ਵਿੱਚ ਜਿਹੜੇ ਪੈਟਰੋਲ ਹੋਰ ਡੀਜ਼ਲ ਦੇ ਪ੍ਰਾਈਸਿਸ ਨੇ ਉਹ ਕਿਉਂ ਨਹੀਂ ਘੱਟ ਹੋ ਪਾਏ ਇੱਕ ਇਹ ਸਵਾਲ ਵੱਡਾ ਜਿਹੜਾ ਕੁਐਸਚਨ ਮਾਰਕ ਹੈ ਉਹ ਬਣਿਆ ਹੋਇਆ ਕਿਉਂਕਿ ਤੁਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਕਿਹਾ ਸੀਗਾ ਕਿ ਅਸੀਂ ਜਿਵੇਂ ਹੀ ਆਵਾਂਗੇ ਸਭ ਤੋਂ ਪਹਿਲਾਂ ਪੈਟਰੋਲ ਔਰ ਡੀਜ਼ਲ ਦੇ ਜਿਹੜੇ ਰੇਟ ਨੇ ਉਹ ਅਸੀਂ ਘੱਟ ਕਰਾਂਗੇ ਉਸ ਤੋਂ ਬਾਅਦ ਮੈਂ ਇੱਕ ਵਾਰੀ ਉਹਨਾਂ ਨੂੰ ਹੋਰ ਚੇਤੇ ਕਰਾ ਦੇਵਾਂ ਇਹਨਾਂ ਨੇ ਇੱਕ ਬਹੁਤ ਵੱਡਾ ਵਾਅਦਾ ਕੀਤਾ ਸੀਗਾ ਮੈਨੀਫੈਸਟੋ ਦੇ ਵਿੱਚ ਕਿਉਂਕਿ ਹੁਣ ਨੌਕ ਕਰਨ ਦਾ ਟਾਈਮ ਆ ਚੁੱਕਿਆ ਹੈ ਬਿਕੋਜ਼ ਮੈਨੂੰ ਲੱਗਦਾ ਕਿ ਡਾਇਲੋਗ ਜਿਹੜਾ ਹੈ ਨਾ ਉਹ ਇਸ ਪਾਸੇ ਹੋਣਾ ਚਾਹੀਦਾ ਹੈ ਤੁਸੀਂ ਸਵੇਰੇ ਸ਼ਾਮ ਮੀਡੀਆ ਹਾਊਸਿਸ ਦੇ ਵਿੱਚ ਅਖਬਾਰਾਂ ਦੇ ਵਿੱਚ ਹਿੰਦੂ ਮੁਸਲਮਾਨ ਦੇ ਡਾਇਲੋਗ ਨੂੰ ਲੈ ਕੇ ਆਪਣੇ ਵਸਨੀਕਾਂ ਨੂੰ ਵਿਦੇਸ਼ਾਂ ਦੇ ਵਿੱਚ ਵਸਦੇ ਭਾਰਤੀਆਂ ਨੂੰ ਗੁੰਮਰਾਹ ਨਾ ਕਰੋ ਤੁਸੀਂ ਮੁੜ ਕੇ ਆਓ ਉਹਨਾਂ ਮੁੱਦਿਆਂ ਦੇ ਉੱਤੇ ਜੋ ਤੁਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਿਆ ਸੀਗਾ ਤੁਸੀਂ ਆ ਕੇ ਇਹ ਬਿਆਨ ਦੇ ਦਿੰਦੇ ਹੋ ਕਿ ਅੱਜ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਗਲੇ ਲਗਾ ਲਿਆ ਵਟ ਇਜ਼ ਦਿਸ ਡਿਬੇਟ ਇਜ਼ ਆਲ ਅਬਾਊਟ ਹੂ ਇਜ਼ ਕੇਅਰਿੰਗ ਅਬਾਊਟ ਦਿਸ ਡਿਬੇਟ ਕੌਣ ਕੇਅਰ ਕਰ ਰਿਹਾ ਵਾਈ ਯੂ ਨੋ ਟਾਕਿੰਗ ਅਬਾਊਟ ਵਟ ਇਜ਼ ਯੋਰ ਮੇਨ ਥਿੰਗ ਵਿਚ ਯੂ ਹੈਵ ਰਿਟਨ ਇਨ ਯੋਰ ਮੈਨੀਫੈਸਟੋ ਕਿ ਅਸੀਂ ਇਲੈਕਟ੍ਰੀਸਿਟੀ ਦੇਵਾਂਗੇ ਅੱਜ ਇਲੈਕਟ੍ਰੀਸਿਟੀ ਦੀ ਗੱਲ ਕਰ ਲਈਏ ਤਾਂ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਇਹਨੂੰ ਫੁਲਫਿਲ ਕਰਨ ਦੇ ਲਈ ਕਿ ਆਲ ਓਵਰ ਵਿਲੇਜਸ ਦੇ ਵਿੱਚ ਪਾਵਰ ਗ੍ਰਿਡ ਬਣਾਏ ਜਾਣਗੇ ਔਰ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਲਗਭਗ 16,362 ਕਰੋੜ ਜਿਹੜਾ ਉਹ ਇਸ ਪ੍ਰੋਜੈਕਟ ਦੇ ਉੱਤੇ ਲਾਵਾਂਗੇ ਦਸੰਬਰ ਤੱਕ ਲਾਉਣ ਦੀ ਗੱਲ ਹੋਈ ਸੀਗੀ ਇਸ ਦਸੰਬਰ ਤੱਕ ਲੇਕਿਨ ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਉੱਤਰ ਪ੍ਰਦੇਸ਼ ਦੇ ਵਿੱਚ 24x7 ਸਪਲਾਈ ਦੀ ਗੱਲ ਕੀਤੀ ਸੀ ਕਿ ਆਪਾਂ 24 ਘੰਟੇ ਔਰ ਸੱਤੇ ਦਿਨ ਅਸੀਂ ਜਿਹੜਾ ਉਹ ਸਪਲਾਈ ਰੱਖਾਂਗੇ ਲੇਕਿਨ ਮੈਨੂੰ ਬੜੇ ਹੀ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ 24 ਘੰਟਿਆਂ ਦੇ ਵਿੱਚ 21-22 ਘੰਟੇ ਲਾਈਟ ਹੀ ਨਹੀਂ ਹੈਗੀ ਉੱਤਰ ਪ੍ਰਦੇਸ਼ ਅਤੇ ਉਹਦੇ ਨਾਲ ਜਿਹੜੇ ਹੋਰ ਸਟੇਟਸ ਨੇ ਮੱਧਿਆ ਪ੍ਰਦੇਸ਼ ਉਸ ਤੋਂ ਇਲਾਵਾ ਜੇਕਰ ਮੈਂ ਗੱਲ ਕਰ ਲਵਾਂ ਅਤੇ ਉਜਵਲ ਅਤੇ ਉਸ ਤੋਂ ਇਲਾਵਾ ਮੈਂ ਗੱਲ ਕਰ ਲਵਾਂ ਤਮਿਲਨਾਡੂ ਦੇ ਵਿੱਚ ਉਸ ਤੋਂ ਇਲਾਵਾ ਮੈਂ ਗੱਲ ਕਰ ਲਵਾਂ ਆਪਣਾ ਉੱਤਰ ਪ੍ਰਦੇਸ਼ ਦੀ ਗੱਲ ਮੈਂ ਇਸ ਕਰਕੇ ਕਰਦਾ ਕਿਉਂਕਿ ਉੱਤਰ ਪ੍ਰਦੇਸ਼ ਇੱਕ ਉਹ ਸਟੇਟ ਹੈਗੀ ਆ ਭਾਰਤ ਦੀ ਜਿੱਥੋਂ ਲੋਕਤੰਤਰ ਦਾ ਗਠਨ ਹੁੰਦਾ ਜਿੱਥੋਂ ਲੋਕ ਸਭਾ ਬਣਦੀ ਹੈ ਜਿੱਥੋਂ ਪ੍ਰਧਾਨ ਮੰਤਰੀ ਚੁਣ ਕੇ ਆਉਂਦਾ ਅਤੇ ਉੱਤਰ ਪ੍ਰਦੇਸ਼ ਦਾ ਸੀ ਐੱਮ ਵੀ ਤੁਸੀਂ ਹੋ ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਡੇ ਐੱਮ ਪੀ ਵੀ ਨੇ ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਡੇ ਐੱਮ ਐੱਲ ਏ ਨੇ ਤੁਸੀਂ ਆਪਣੀ ਇੱਕ ਸਟੇਟ ਉੱਤਰ ਪ੍ਰਦੇਸ਼ ਨੂੰ ਨਹੀਂ ਸੰਭਾਲ ਪਾ ਰਹੇ ਤੁਸੀਂ ਹੋਰ ਵੱਖ ਵੱਖ ਸੂਬਿਆਂ ਨੂੰ ਕਿਵੇਂ ਸੰਭਾਲ ਪਾਓਗੇ ਇੱਕ ਇਹ ਸਵਾਲ ਬਣਿਆ ਹੋਇਆ ਕਿਉਂਕਿ 24 ਘੰਟਿਆਂ ਦੇ ਵਿੱਚ 21 ਘੰਟੇ ਜਿਹੜੀ ਉਹ ਲਾਈਟ ਹੀ ਨਹੀਂ ਹੈਗੀ ਪਿੰਡਾਂ ਦੇ ਵਿੱਚ ਇਹ ਸਿਰਫ ਉੱਤਰ ਪ੍ਰਦੇਸ਼ ਦੇ ਹਾਲਾਤ ਨਹੀਂ ਹੈਗੇ ਇਹ ਹੋਰ ਉਹਦੇ ਆਲੇ ਦੁਆਲੇ ਜਿਹੜੀ ਸਟੇਟਸ ਹੈਗੀਆਂ ਇਹ ਉੱਥੇ ਵੀ ਹਾਲਾਤ ਹੈਗੇ ਨੇ ਜੇਕਰ ਮੈਂ ਉੱਤਰਾਖੰਡ ਦੀ ਗੱਲ ਕਰ ਲਵਾਂ ਤਾਂ ਬੀਜੇਪੀ ਨੇ ਆਪਣੀ ਸਰਕਾਰ ਬਣਾਈ ਹੈ ਉੱਥੇ ਵੀ ਅਤੇ ਉੱਥੇ ਵੀ ਇਲੈਕਟ੍ਰੀਸਿਟੀ ਹੈ ਜਿਹੜੀ ਉਹ ਹੈ ਹੀ ਨਹੀਂ ਘਰਾਂ ਦੇ ਵਿੱਚ ਪਾਣੀ ਨਹੀਂ ਆਉਂਦਾ ਟੈਪ ਖੋਲਿਆ ਜਾਂਦਾ ਅਤੇ ਸਿਰਫ ਹਵਾ ਨਿਕਲਦੀ ਹੈ ਪਾਣੀ ਨਹੀਂ ਨਿਕਲਦਾ ਅਤੇ ਇਸ ਬਾਰੇ ਕਿਉਂ ਨਹੀਂ ਇਹ ਜਵਾਬ ਦਿੰਦੇ ਆ ਕਿ ਬਿਲਡਿੰਗ ਇੰਡੀਆ ਇਹਨਾਂ ਨੇ ਕਿਹਾ ਸੀ ਕਿ ਅਸੀਂ ਇੰਡੀਆ ਦੇ ਵਿੱਚ ਖਾਸ ਤੌਰ ਦੇ ਵਿੱਚ ਦਿੱਲੀ NCR ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਉੱਤਰ ਪ੍ਰਦੇਸ਼ ਦੇ ਵਿੱਚ ਵੀਗੁਨਾ ਯੂ ਨੋ ਕੰਸਟਰਕਟ ਨਿਊ ਬਿਲਡਿੰਗਸ ਜੋ ਕਿ ਇੱਕ ਡਿਫਾਈਨ ਕਰੇਗਾ ਸਮਾਰਟ ਸਿਟੀ ਪ੍ਰੋਜੈਕਟਸ ਦੀ ਗੱਲ ਹੋਈ ਸੀਗੀ ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਿਟੀ ਨੂੰ ਸਮਾਰਟ ਕਰ ਦੇਵਾਂਗੇ ਨੋਬਡੀ ਇਜ਼ ਟਾਕਿੰਗ ਅਬਾਊਟ ਇਟ ਮੇਰੇ ਨਾਲ ਫੋਨ ਲਾਈਨ 'ਤੇ ਜਿਹੜੇ ਸਾਡੇ ਵਿਊਅਰਸ ਨੇ ਉਹ ਜੁੜਨੇ ਸ਼ੁਰੂ ਹੋ ਚੁੱਕੇ ਨੇ ਔਰ ਸਾਨੂੰ ਕਾਲਸ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਲੈਂਦੇ ਅਸੀਂ ਪਹਿਲੀ ਕਾਲ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੁਤਲਕ ਤੁਸੀਂ ਕੀ ਕੁਛ ਕਹਿਣਾ ਚਾਹੁੰਦੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਹਰਕੀਰ ਸਿੰਘ ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ ਕੀ ਹਾਲ ਹੈ ਠੀਕ ਹੋ ਠੀਕ ਹੈ ਕੱਲ੍ਹ ਯੂ ਨੋ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ ਸੁਣਨ ਤੋਂ ਪਹਿਲਾਂ ਮੈਂ NDTV ਨੂੰ ਮਤਲਬ ਉਹਦੀ ਨਿਊਜ਼ ਨੂੰ ਸੁਣਨਾ ਸ਼ੁਰੂ ਕੀਤਾ ਸੀਗਾ ਜੀ ਉਹਨੂੰ ਮੈਂ ਮਤਲਬ ਮੈਂ ਉਹ ਤੋਂ ਉਹਨੂੰ ਛੱਡ ਨਹੀਂ ਸਕਿਆ ਮੈਂ ਤੁਹਾਡਾ ਪ੍ਰੋਗਰਾਮ ਮਿਸ ਕਰਨਾ ਪਿਆ ਜੀ ਜੀ
ਉਹ ਇਸ ਕਰਕੇ ਕਿ ਉਹ ਇੰਨਾ ਮਤਲਬ ਸ਼ੌਕਿੰਗ ਪ੍ਰੋਗਰਾਮ ਸੀ ਤੇ ਮੈਨੂੰ ਯਕੀਨ ਨਹੀਂ ਸੀ ਆਇਆ ਕਿ ਇਹ ਸਾਡੇ ਮੁਲਕ ਦੇ ਵਿੱਚ ਇੰਨਾ ਬੇੜਾ ਗਰਕ ਹੋ ਚੁੱਕਾ ਇਸ ਗੌਰਮੈਂਟ ਨੇ ਇਸ ਵੇਲੇ ਜਿਹੜੀ ਹਕੂਮਤ ਇਸ ਵੇਲੇ ਆ ਉਹ ਜਿਹਨੂੰ ਇੱਕ ਮੁਸਲਮਾਨ ਦੋ ਮੁਸਲਮਾਨ ਭਰਾਵਾਂ ਨੂੰ ਇਸ ਤਰੀਕੇ ਨਾਲ ਲਿੰਚ ਕੀਤਾ ਗਿਆ ਮੌਬ ਨੇ ਕਿ ਤੁਸੀਂ ਹੈਰਾਨ ਹੋ ਗਏ ਮੈਂ ਕਦੇ ਸੋਚ ਵੀ ਨਹੀਂ ਸਕਦਾ ਕਿ ਆਦਮੀ ਇੱਕ ਇੰਨੇ ਗਿਰ ਸਕਦਾ ਜਿਹਨੂੰ ਔਰ ਫਿਰ ਉਹ ਓਪਨਲੀ ਮਤਲਬ ਕਹਿ ਰਿਹਾ ਕਿ ਅਸੀਂ ਕੀਤਾ ਔਰ ਨਾਲ ਸਾਨੂੰ ਪੁਲਿਸ ਦਾ ਡਰ ਆ ਪੁਲਿਸ ਸਾਡੇ ਪਿੱਛੇ ਔਰ ਸਿਸਟਮ ਸਾਡੇ ਪਿੱਛੇ ਆ ਔਰ ਓਪਨਲੀ ਉਹ ਟੈਲੀਵਿਜ਼ਨ ਤੇ ਕਹਿ ਰਿਹਾ ਉਹ ਇੱਕ ਸਟਿੰਗ ਓਪਰੇਸ਼ਨ ਸੀਗੀ ਉਹ ਐਨਡੀਟੀ ਟੀਵੀ ਵੱਲੋਂ ਹਾਂਜੀ ਉਹ ਕਿਸੇ ਤਰੀਕੇ ਨਾਲ ਉਹਨੇ ਮੈਨੇਜ ਕੀਤਾ ਔਰ ਬੜੀ ਇਸ ਚੀਜ਼ ਦੀ ਦੇਖੋ ਤੁਹਾਡਾ ਮੀਡੀਆ ਹੈਗਾ ਜਦ ਨਾ ਮੀਡੀਆ ਇਸ ਤਰੀਕੇ ਨਾਲ ਮਤਲਬ ਜਿਹਨੂੰ ਇਹਨਾਂ ਚੀਜ਼ਾਂ ਨੂੰ ਨੰਗਾ ਕਰਨ ਲੱਗ ਪਿਆ ਤੇ ਜਿਹੜੇ ਉਸ ਮੁਲਕ ਦੇ ਲੀਡਰ ਹੈ ਨਾ ਫਿਰ ਉਹਨਾਂ ਨੂੰ ਡਰ ਪੈਦਾ ਹੋ ਜਾਂਦਾ ਕਿ ਸਾਨੂੰ ਕੋਈ ਵਾਚ ਕਰ ਰਿਹਾ ਉਹਦਾ ਰਿਜ਼ਲਟ ਇਹ ਹੋਇਆ ਕਿ ਉਹ ਜਿਹੜੀ ਐਵੀਡੈਂਸ ਆ ਉਹ ਹਾਈ ਕੋਰਟ ਚ ਪੇਸ਼ ਕੀਤੀ ਜਾਵੇਗੀ ਉਹ ਜੱਜ ਉਹਨੂੰ ਲਿਸਨ ਬਸ ਕਰਨ ਵਾਸਤੇ ਤਿਆਰ ਹੋ ਗਿਆ ਹੈਗਾ ਔਰ ਵਿਦ ਇਨ ਅ ਵੀਕ ਉਹਨਾਂ ਦੀ ਜਿਹੜੀ ਬੇਲ ਆ ਉਹ ਕੈਂਸਲ ਕਰਕੇ ਦੋਜ਼ ਪੀਪਲ ਵਿਲ ਬੀ ਬਿਹਾਈਂਡ ਦ ਵਾਲਸ ਐਂਡ ਆਮ ਸ਼ੋਰ ਦੇ ਵਿਲ ਆਲਸੋ ਜਿਹੜੇ ਕਹਿੰਦੇ ਨਾ ਕਿ ਸਾਨੂੰ 2014 ਤੋਂ ਲੈ ਕੇ ਹਰਭਜਨ ਸਿੰਘ ਜੀ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਠੀਕ ਹੈ ਤੁਹਾਨੂੰ ਦੂਜੇ ਮੀਡੀਆ ਹਾਊਸ ਨੇ ਇਸ ਗੱਲ ਨੂੰ ਦਿਖਾਈ ਇਸ ਕਰਕੇ ਕਹਿ ਰਿਹਾ ਹਰਕੀ ਸਿੰਘ ਜੀ ਤੁਸੀਂ ਸਭ ਸਬਜੈਕਟ ਜੋੜਿਆ ਹੈਗਾ ਜੀ ਜੀ ਕਿ ਇਹ ਮਿਸਟਰ ਮੋਦੀ ਨੇ ਕਿਹਾ ਸੀ ਕਿ ਅੱਛੇ ਦਿਨ ਆਉਣਗੇ ਜੀ 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 ਅੱਜ ਦੇਸ਼ ਨੂੰ ਵੰਡ ਕਰਕੇ ਰੱਖਤਾ ਭਾਈਚਾਰੇ ਨੂੰ ਵੰਡ ਕਰਕੇ ਰੱਖਤਾ ਮਿਨੋਰਟੀ ਨੂੰ ਸਹਿਮ ਦੇ ਵਿੱਚ ਪਾਤਾ ਮੁਲਕ ਦੀ ਯੂਨਿਟੀ ਨੂੰ ਇੰਟੈਗ੍ਰਿਟੀ ਨੂੰ ਖਤਮ ਕਰ ਦਿੱਤਾ ਬਿਕੋਜ਼ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ 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 ਆਪਣੇ 60-65% ਜਿਹੜੇ ਆਪਣੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਇਕੱਠੇ ਜੋੜ ਲਈਏ ਮਾਈਨੋਰਟੀ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਆਈ ਥਿੰਕ ਦਿਸ ਇਜ਼ ਯੂ ਨੋ ਦੈਟਸ ਵਾਟ ਦੇ ਥਿੰਕਿੰਗ ਜਾਨੀ ਮੇਰਾ ਕਹਿਣ ਦਾ ਮਤਲਬ ਮੈਂ ਨਾ ਜੋ ਕੁਝ ਦੇਖਿਆ ਕੱਲ ਹਰਕੀ ਸਿੰਘ ਤੁਸੀਂ ਦੁਬਾਰਾ ਕਿਤੇ ਰਿਵਾਈਵ ਕਰਕੇ ਦੇਖਣਾ ਮੈਂ ਕਹਿੰਦਾ ਹਿਟਲਰ ਨੇ ਜਿਊਜ਼ ਨੂੰ ਵੀ ਇਸ ਤਰੀਕੇ ਨਾਲ ਟੋਰਚਰ ਨਹੀਂ ਕੀਤਾ ਜਿਸ ਤਰ੍ਹਾਂ ਇਸ ਦਾ ਅੱਜ ਤੱਕ ਕੱਟੜ ਹਿੰਦੂ ਮਾਈਨੋਰਟੀਜ਼ ਨੂੰ ਅੱਜ ਕਰ ਰਿਹਾ ਹੈਗਾ ਔਰ ਅਗਰ ਇਹਨੇ ਆਪਣਾ ਰਸਤਾ ਨਾ ਬਦਲਿਆ ਨਾ ਤੇ ਇਹ ਮੁਲਕ ਮੈਂ ਤਾਂ ਮੈਂ ਕੋਈ ਚਾਹੁੰਦਾ ਨਹੀਂ ਕਿ ਕਿਸੇ ਮੁਲਕ ਦੇ ਟੁੱਟੇ ਹੋਏ ਅਸੀਂ ਆਪਣੇ ਮੁਲਕ ਨੂੰ ਲਵ ਕਰਦੇ ਹਾਂ ਰਿਸਪੈਕਟ ਕਰਕੇ ਇਸੇ ਕਰਕੇ ਰਿਟਾਇਰ ਹੋਣ ਤੋਂ ਪਿੱਛੋਂ ਵੀ ਅਸੀਂ ਉਸ ਮੁਲਕ ਬਾਰੇ ਸੋਚਦੇ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹਰਭਜਨ ਸਿੰਘ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਫਸਟ ਕਲਾਸ ਜ਼ਿੰਦਗੀ ਹੈ ਸਾਡੇ ਕੋਲ ਸਾਰੀ ਉਮਰ ਕੰਮ ਕੀਤਾ ਕੰਫਰਟੇਬਲ ਲਾਈਫ ਹੈ ਤੇ ਅਸੀਂ ਇਸ ਮੁਲਕ ਜਾਣ ਕੇ ਐਵੇਂ ਕੋਈ ਵਕੀਲ ਗੱਲ ਪਾ ਲਈਏ ਤੇ ਮੇਰੇ ਅਰਦਾ ਕੋਈ ਬੇਵਕੂਫ ਆਦਮੀ ਹੋਰ ਨਹੀਂ ਕੋਈ ਹੋਏਗਾ ਪਰ ਸਾਨੂੰ ਆਪਣੀ ਮੁਲਕ ਨਾਲ ਧਰਤੀ ਨਾਲ ਸਾਨੂੰ ਪਿਆਰ ਆ ਅਸੀਂ ਚਾਹੁੰਦੇ ਕਿ ਉਸ ਮੁਲਕ ਦੇ ਲੋਕੀ ਖੁਸ਼ਹਾਲ ਹੋਣ ਉਸ ਮੁਲਕ ਦਾ ਭਾਈਚਾਰਾ ਬਣਿਆ ਜਿਹੜਾ ਅਸੀਂ ਛੱਡ ਕੇ ਆਏ ਸੀਗੇ ਚਲੋ ਇਹ ਦੋ ਤੇ ਮੈਂ ਹੋਰ ਨਹੀਂ ਕੁਝ ਕਹਿਣਾ ਚਾਹੁੰਦਾ ਤੁਸੀਂ ਇਹ ਮੁਲਕ ਦੀ ਜਿਹੜੀ ਯੂਨਿਟੀ ਖਰਾਬ ਕੀਤੀ ਆ ਜਿਹੜਾ ਸੋਸ਼ਲ ਸਟਰਕਚਰ ਖਰਾਬ ਕੀਤਾ ਜਿਹੜਾ ਭਾਈਚਾਰੇ ਨੂੰ ਅੱਗ ਲਾਈ ਆ ਇਹ ਸਭ ਤੋਂ ਭੈੜੀ ਚੀਜ਼ ਆ ਬਾਕੀ ਨਾ ਜੀ ਬਿਲਕੁਲ ਜਿੱਥੇ ਇੱਕ ਪਾਸੇ ਗੱਲ ਹੁੰਦੀ ਸੀਗੀ ਹਰਭਜਨ ਸਿੰਘ ਜੀ ਬਹੁਤ ਬਹੁਤ ਥੈਂਕ ਯੂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈਗਾ ਇਹ ਗੱਲ ਹੁੰਦੀ ਸੀਗੀ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲੱਗਦੇ ਸੀਗੇ ਔਰ ਉਹ ਸ਼ੁਰੂ ਹੋਇਆ ਸੀਗਾ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਔਰ ਛੜੇ ਜਿਹੜੇ ਹੁਣ ਸਾਬਕਾ ਪ੍ਰਧਾਨ ਮੰਤਰੀ ਸੀਗੇ ਮਨਮੋਹਨ ਸਿੰਘ ਤੱਕ ਲੇਕਿਨ ਹੁਣ 2014 ਦੇ ਵਿੱਚ ਕੀ ਇਹ ਕੋਈ ਕਿਸੇ ਹੋਰ ਦੀ ਆਈਡੀਓਲੋਜੀ ਜਿਹੜੀ ਹੈ ਉਹ ਮਜਬੂਰ ਕਰ ਰਹੀ ਹੈ ਇਹਨਾਂ ਗੱਲਾਂ ਨੂੰ ਹੁੰਗਾਰਾ ਦੇ ਰਹੀ ਹੈ ਇਹਨਾਂ ਗੱਲਾਂ ਦੇ ਉੱਤੇ ਗੱਲ ਹੋ ਰਹੀ ਹੈ ਕਿ ਬਈ ਹਿੰਦੂ ਮੁਸਲਮਾਨ ਅੱਜ ਉਹਨੇ ਉਹਦੇ ਉੱਤੇ ਕਤਲ ਕਰਤਾ ਅੱਜ ਉਹਨੂੰ ਗਾਲਾਂ ਕੱਢ ਰਿਹਾ ਵਰਕ ਇਨ ਪ੍ਰੋਗਰੈਸ ਕਿੱਥੇ ਹੈ ਉਹ ਸਵਾਲ ਜਿਹੜਾ ਮੈਂ ਤਾਂ ਅੱਜ ਜ਼ਰੂਰ ਪੁੱਛਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਬੀਜੇਪੀ ਦੇ ਜਿਹੜੇ ਸਿਆਸਤਦਾਨ ਨੇ ਜਿਹੜੇ ਵੱਖ ਵੱਖ ਮੀਡੀਆ ਦੇ ਵਿੱਚ ਆਪਣੇ ਕਮੈਂਟਸ ਦਿੰਦੇ ਨੇ ਵੀ ਆਰ ਟਰਾਇੰਗ ਟੂ ਗੈਟ ਦਮ ਕਨੈਕਟ ਵਿਦ ਉਹਨਾਂ ਨੂੰ ਸੋਚਣਾ ਕਿ ਉਹਨਾਂ ਨੂੰ ਆਪਾਂ ਕਨੈਕਟ ਕਰ ਲਈਏ ਲੇਕਿਨ ਜਦ ਤੱਕ ਉਹ ਕਨੈਕਟ ਨਹੀਂ ਹੁੰਦੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਆਈ ਵੁੱਡ ਲਾਈਕ ਟੂ ਹੈਵ ਯੂਅਰ ਕਮੈਂਟਸ ਤਾਂ ਕਿ ਤੁਹਾਡੇ ਸਵਾਲ ਵੀ ਆਪਾਂ ਉਹਨਾਂ ਨੂੰ ਪੁੱਛ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਹਰਕੀਰ ਸਿੰਘ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਸਿੰਘ ਭੋਗਲ ਜੀ ਠੀਕ ਹੋ ਜੀ ਚੜ੍ਹਦੀ ਕਲਾ ਦੁਆਵਾਂ ਨੇ ਤੁਹਾਡੀ ਤੁਸੀਂ ਸੁਣਾਓ ਬਿਲਕੁਲ ਭੋਗਲ ਜੀ ਇਕਦਮ ਵਧੀਆ ਬਿਲਕੁਲ ਠੀਕ ਹੈ ਤੁਸੀਂ ਦੋ ਦਿਨ ਕਿੱਥੇ ਸੀਗੇ ਬਾਂਡੇ ਗਏ ਸੀ ਅੱਛਾ 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 ਘਰ ਨਹੀਂ ਸੀਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਚਲੋ ਗ੍ਰਿਸ ਇਹ ਗ੍ਰਿਸ ਜੀਵਨ ਨਾਲ ਜਾਣਾ ਪੈਂਦਾ ਚਲੋ ਅੱਛੀ ਅੱਛੀ ਗੱਲ ਹੈ ਅੱਛੀ ਗੱਲ ਹੈ ਅੱਛੀ ਗੱਲ ਹੈ ਜੀ ਇਹ ਵੀ ਪਾਰਟ ਇਹ ਵੀ ਪਾਰਟ ਆਫ ਫੈਮਿਲੀ ਲਾਈਫ ਆ ਨਾ ਜਾਣਾ ਤਾਂ ਪੈਂਦਾ ਗ੍ਰਿਸ ਜੀਵਨ ਜੋ ਹੋਇਆ ਬਿਲਕੁਲ 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 ਪੋਗਲ ਜੀ ਬਹੁਤ ਜ਼ਰੂਰੀ ਹੈਗਾ ਉਹਨੂੰ ਵੀ ਨਿਭਾਉਣਾ ਸਾਰੇ ਆਪਣੇ ਬਿਲਕੁਲ ਬਿਲਕੁਲ ਲੇਕਿਨ ਜਿਹੜਾ ਵਾਦਾ ਹੁਣ ਅੱਜ ਕੱਲ੍ਹ ਸਿਆਸਤਦਾਨ ਨਿਭਾ ਰਹੇ ਨੇ ਉਹ ਪੂਰੇ ਹੋ ਰਹੇ ਨੇ ਕਿ ਮੈਂ ਸੁਣ ਰਿਹਾ ਸੀ ਅੱਜ ਮੈਂ ਘਰ ਸੀ ਮੈਂ ਸੁਣ ਰਿਹਾ ਸੀ ਬੜੇ ਗੌਰ ਨਾਲ ਜੀ ਜੀ ਇਹ ਜਿਹੜੀ ਜਿਹੜੀ ਤੁਸੀਂ ਭੂਮਿਕਾ ਬੰਨੀ ਆ ਬਿਲਕੁਲ ਠੀਕ ਆ ਤੇ ਹਰਭਜਨ ਸਿੰਘ ਹੋਰ ਵੀ ਕਹਿ ਕੇ ਗਏ ਨੇ ਬਿਲਕੁਲ ਠੀਕ ਆ ਜੀ
ਇਹ ਤੁਸੀਂ ਕਿ ਅੱਜ ਅੱਜ ਦੇਖੋ ਤੁਸੀਂ ਕਿ ਜਿਹੜੇ ਅੱਛੇ ਦਿਨ ਆਉਣਗੇ ਉਹਦੇ ਥੱਲੇ ਅੱਜ ਹਿੰਦੂ ਸਿੱਖ ਦੀ ਲੜਾਈ, ਹਿੰਦੂ ਮੁਸਲਮਾਨ ਦੀ ਲੜਾਈ, ਹਿੰਦੂ ਆਦਿਵਾਸੀ ਦੀ ਲੜਾਈ, ਹਿੰਦੂ ਈਸਾਈ ਦੀ ਲੜਾਈ, ਯਾਰ ਉਹ ਹੱਦ ਹੋ ਗਈ, ਹੈ ਹੀ ਕੁਝ ਨੀ, ਲੜਾਈ 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 ਇਹਨੂੰ ਇਹ ਦੇਖੋ ਨਾ ਇਹਨੂੰ ਜੇ ਤੇ ਕਿਉਂ ਇਹ ਆਪਣੇ ਹਰਕਿਰ ਸਿੰਘ ਜੀ ਇਸ ਕਰਕੇ ਹੋ ਰਿਹਾ ਕਿਉਂਕਿ ਜੇ ਲੋਕਤੰਤਰ ਹੋਵੇ ਤੇ ਇਹ ਕੰਮ ਨਹੀਂ ਹੋਣੇ ਚਾਹੀਦੇ ਕਿਉਂਕਿ ਉੱਥੇ ਲੋਕਤੰਤਰ ਹੈ ਨਹੀਂ। ਪ੍ਰਧਾਨ ਮੰਤਰੀ ਨੂੰ ਸਿੱਖਣ ਦੀ ਉਹ ਜਾਂਦੇ ਤੇ ਹਨ ਵਿਦੇਸ਼ਾਂ ਦੇ ਵਿੱਚ, ਲੇਕਿਨ ਉਹਨਾਂ ਦੀ ਪਾਲਿਸੀਜ਼, ਉਹਨਾਂ ਦੇ ਲਾਅ ਉਹ ਵੀ ਸਿੱਖ ਕੇ ਆਉਣੇ ਚਾਹੀਦੇ ਹਨ ਤਾਂ ਕਿ ਇੰਪਲੀਮੈਂਟ ਕਰਨ ਉਹਨਾਂ ਨੂੰ ਔਰ ਸਿਖਾਉਣ ਔਰ ਦੱਸਣ ਤਾਂ ਕਿ ਨਹੀਂ ਕਰਨ। ਉਹ ਇਸ ਕਰਕੇ ਆਪਣੇ ਆਪਣੇ ਹਰਕਿਰ ਸਿੰਘ ਦੇਖੋ ਤੁਸੀਂ ਪੜ੍ਹੇ ਲਿਖੇ ਬੰਦੇ ਹੋ, ਪੱਤਰਕਾਰ ਹੋ, ਤੇ ਉਹ ਇਸ ਕਰਕੇ ਨਹੀਂ ਕਰਦੇ, ਪਤਾ ਉਹਨਾਂ ਏਦਾਂ ਨਹੀਂ, ਉਹ ਕੋਈ ਅਣਜਾਣ ਨੇ, ਦੇ ਆਰ ਨਾਟ ਐਰੋਗੈਂਟ, ਦੇ ਆਰ ਨਾਟ ਇਗਨੋਰੈਂਟ, ਬਟ ਦੇ ਮਾਈਟ ਬੀ ਐਰੋਗੈਂਟ। ਉਹਨਾਂ ਨੂੰ ਪਤਾ, ਉਹਨਾਂ ਨੂੰ ਪਤਾ ਸਾਰਾ ਹੀ ਆ, ਉਹ ਇਸ ਕਰਕੇ ਕਰਦੇ ਨੇ ਵੀ ਜੇ ਇੱਦਾਂ ਕੀਤਾ ਇਮਾਨਦਾਰੀ ਦੇ ਨਾਲ ਅਸੀਂ ਸਾਰੇ ਕੰਮ ਕਰੀਏ, ਅਸੀਂ ਲੋਕਤੰਤਰ ਸਹੀ ਮਾਨਿਆਂ ਦੇ ਵਿੱਚ ਇੱਥੇ ਲਾਗੂ ਕਰੀਏ ਤਾਂ ਸਾਡੀਆਂ ਜੇਬਾਂ ਦੇ ਵਿੱਚ ਪੈਸੇ ਨਹੀਂ ਆਉਣੇ, ਜੇ ਪੈਸੇ ਨਹੀਂ ਆਉਣੇ ਤਾਂ ਕੋਠੀਆਂ ਨਹੀਂ ਪੈਣੀਆਂ ਤੇ ਨਾ ਸਾਡੇ ਸੈਵਨ ਸਟਾਰ ਹੋਟਲ ਬਣਨੇ ਨੇ। ਰਿਆਲਿਟੀ ਇਹ ਆ, ਦੇਖੋ ਨਾ ਹੁਣ ਜੇ ਇੱਕ ਦੇਖੋ ਇਹ ਡੈਮੋਕ੍ਰੇਸੀ, ਇਹ ਲੋਕਤੰਤਰ ਹਰਕਿਰ ਸਿੰਘ ਜੀ ਕਿਵੇਂ ਹੋ ਸਕਦਾ, ਕਿਵੇਂ ਹੋ ਸਕਦਾ ਵੀ ਇੱਕ 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 ਸਮਾਜ ਦਾ ਹਿੱਸਾ ਤੇ ਕਹਿ ਰਹੇ ਨੇ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਤੇ ਉਹਨੂੰ ਸਾਰੇ ਦੇਸ਼ ਭਗਤ ਕਹਿ ਦਿੰਦੇ ਨੇ, ਤੇ ਜਿਹੜੇ ਕੋਈ ਆਪਣੇ ਦੂਸਰਾ ਭਾਈਚਾਰਾ ਜਿਹੜਾ ਉਹ ਕੋਈ ਆਪਣੇ ਦੇਸ਼ ਦੀ ਗੱਲ ਕਰਦਾ ਤੇ ਉਹ ਦੇਸ਼ ਵਿਰੋਧੀ ਹੋ ਜਾਂਦੇ ਨੇ। ਜਵਾਨੀ ਵੀ ਖਤਮ ਕਰਤੀ, ਕਿਸਾਨੀ ਵੀ ਖਤਮ ਕਰ ਦਿੱਤੀ। ਮੈਂ ਉਹੀ ਮੈਂ ਤੁਹਾਨੂੰ ਦੱਸਣ ਲੱਗਿਆ ਸੀਗਾ, ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜਵਾਨੀ ਜਿਹੜੀ ਆ ਉਹਦਾ ਬੇੜਾ ਗਰਕ ਹੋਇਆ ਪਿਆ, ਲੇਕਿਨ ਅੱਜ ਹਾਲਾਤ ਬਣੇ ਹੋਏ ਨੇ ਜਿਹੜੇ ਹੋਰ ਵੀ ਸੂਬੇ ਨੇ ਉੱਥੇ ਦੇ ਜਿਹੜੇ ਮਾਵਾਂ ਦੇ ਪੁੱਤ ਨੇ ਉਹਨਾਂ ਦੇ ਹੱਥ ਦੇ ਵਿੱਚ ਅੱਜ ਕਲਮ ਨਾ ਹੋ ਕੇ ਹੱਥ ਦੇ ਵਿੱਚ ਚਿੱਟੇ ਦੀ ਪੁੜੀਆਂ ਹੈਗੀਆਂ, ਹੱਥ ਦੇ ਵਿੱਚ ਸਮੈਕ ਜੀ, ਬਿਲਕੁਲ। ਔਰ ਸਿਰਫ ਇੰਨਾ ਹੀ ਨਹੀਂ, ਆਪਣੇ ਹਰ ਪਾਸਿਓਂ ਤੁਸੀਂ ਦੇਖੋ ਹਰਕਿਰ ਸਿੰਘ, ਜਿਵੇਂ ਤੁਸੀਂ ਅਖਬਾਰਾਂ ਪੜ੍ਹਦੇ ਹੋ ਤੇ ਮੈਂ ਹੋਰ ਵੀ ਮੇਰੇ ਵੀਰ ਮੇਰੇ ਵਾਂਗ ਰੋਜ਼ ਅਖਬਾਰਾਂ ਅਸੀਂ ਪੜ੍ਹਦੇ ਹਾਂ, ਰੋਜ਼ ਅਸੀਂ ਕੰਪਿਊਟਰਾਂ 'ਤੇ ਦੇਖਦੇ ਹਾਂ ਕਿ ਅਪਡੇਟ ਰਹੀਦਾ ਵੀ ਦੁਨੀਆਂ 'ਚ ਕੀ ਹੋ ਰਿਹਾ। ਵੀ ਯਾਰੋ ਸੱਚੀ ਹੈਰਾਨ ਹੋ ਗਿਆ ਵੀ ਇਹ ਬਿਗੈਸਟ ਡੈਮੋਕ੍ਰੇਸੀ ਨੂੰ ਹੋ ਕੀ ਗਿਆ, ਇਹ ਕਿਹੜਾ ਲੋਕਤੰਤਰ ਯਾਰ, ਸਾਨੂੰ ਤਾਂ ਸਮਝ ਨਹੀਂ ਆਉਂਦਾ। ਹਰਕਿਰ ਸਿੰਘ ਸਾਨੂੰ ਮੁਆਫ ਕਰਨਾ, ਕੱਲ੍ਹ ਨੂੰ ਕੀ ਹੋਣਾ ਉਹ ਸਮੇਂ ਦੀ ਕੁੱਖ ਵਿੱਚ ਆ। ਦੇਖੋ ਨਾ ਸਭ ਤੋਂ ਵੱਡਾ ਐਗਜ਼ਾਮਪਲ, ਜੇਕਰ 2020 ਰੈਫਰੈਂਡਮ ਦੀ ਗੱਲ ਕਰਦੇ, ਕਿਸੇ ਨਹੀਂ ਪਤਾ ਨਾ ਤੁਹਾਨੂੰ ਨਾ ਮੈਨੂੰ ਕੱਲ੍ਹ ਨੂੰ ਕੀ ਹੋਣਾ, ਇਹ ਸਮਾਂ ਦੱਸੋ, ਅਸੀਂ ਤਾਂ ਗੱਲ ਕਰ ਰਹੇ ਹਾਂ ਨਾ। ਬਿਲਕੁਲ ਬੋਗਲ ਜੀ, ਮੈਂ ਲੈ ਕੇ ਆ ਰਿਹਾ, ਦੋ ਦਿਨ ਮੈਂ ਇਸੀ ਮੁਤਲਕ ਗੱਲ ਕਰਾਂਗਾ ਤੁਹਾਡੇ ਨਾਲ, ਥਰਸਡੇ ਨੂੰ ਔਰ ਫਰਾਈਡੇ ਨੂੰ ਆਪਾਂ ਰੈਫਰੈਂਡਮ 2020 ਬਾਰੇ ਹੀ ਵਿਚਾਰ ਵਟਾਂਦਰਾ ਕਰਾਂਗੇ, ਔਰ 12 ਤਰੀਕ ਨੂੰ ਜਿਹੜਾ ਹੋ ਰਿਹਾ ਤੁਸੀਂ ਇਸ ਮੁਤਲਕ ਵੀ ਮੇਰੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ, ਤੁਹਾਨੂੰ ਕੀ ਲੱਗਦਾ ਔਰ ਕੀ ਇਸ ਬਾਰੇ ਤੁਹਾਡੇ ਵਿਚਾਰ ਨੇ, ਆਪਾਂ ਜ਼ਰੂਰ ਕਰਾਂਗੇ। ਦੋ ਦਿਨ ਆਪਾਂ ਇਸ ਉੱਤੇ ਹੁਣੇ ਜਵਾਬ ਦੇ ਦੇਣਾ ਸੀਗਾ ਇੱਕ ਦੋ ਸੈਂਟੈਂਸਸ ਦੇ ਵਿੱਚ। ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਵੀ ਜੇਕਰ ਅਮਰੀਕਾ ਵਰਗਾ, ਕੈਨੇਡਾ ਵਰਗਾ, ਯੂਕੇ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਜਿਹੜੇ ਡੈਮੋਕ੍ਰੇਟਿਕ ਕੰਟਰੀਜ਼ ਨੇ, ਜੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ 2020 ਰੈਫਰੈਂਡਮ ਦਾ, ਤੇ ਫਿਰ ਜਿਹੜੀ ਭਾਰਤ ਦੀ ਸਰਕਾਰ ਹੈ ਜਿਹੜੀ ਬਿਗੈਸਟ ਡੈਮੋਕ੍ਰੇਸੀ ਕਹਿੰਦੀ ਆ, ਉਹਨੂੰ ਕਿਉਂ ਕੀ ਇਤਰਾਜ਼ ਆ ਤੇ ਕਿਉਂ ਇਤਰਾਜ਼ ਹੈ? ਬਿਲਕੁਲ, ਆਪਾਂ ਕਰਾਂਗੇ ਭੋਗਲ ਜੀ, ਆਪਾਂ ਕਰਾਂਗੇ ਇਸ ਬਾਰੇ ਵਿਚਾਰ ਵਟਾਂਦਰਾ ਥਰਸਡੇ ਤੇ ਫਰਾਈਡੇ ਨੂੰ, ਦੋ ਦਿਨ ਆਪਾਂ ਇਸੇ ਉੱਤੇ ਮੁੱਦਾ ਰੱਖਿਆ ਹੋਇਆ। ਔਰ ਮੈਂ ਆਪਣੇ ਦਰਸ਼ਕਾਂ ਨੂੰ ਅਪੀਲ ਵੀ ਕਰਦਾ ਕਿ ਥਰਸਡੇ ਔਰ ਫਰਾਈਡੇ ਨੂੰ ਤੁਸੀਂ ਮੈਨੂੰ ਪੂਰਾ ਸਹਿਯੋਗ ਦਿਓ, ਆਪਣੀ ਗੱਲ ਜਿਹੜੀ ਹੈ ਮੇਰੇ ਨਾਲ ਜ਼ਰੂਰ ਰੱਖਿਓ, ਆਪਾਂ ਦੋ ਦਿਨ ਇਸੇ ਬਾਰੇ ਵਿਚਾਰ ਕਰਾਂਗੇ। ਹਰਕਿਰ ਸਿੰਘ ਜੀ, ਹਰ ਬੰਦਾ ਤਾਂ ਇਹ ਚਾਹੁੰਦਾ ਵੀ ਉੱਥੇ ਖੁਸ਼ਹਾਲੀ ਹੋਵੇ, ਹਰ ਬੰਦਾ ਉੱਥੇ ਖੁਸ਼ਹਾਲ ਹੋਵੇ, ਕਿਉਂਕਿ ਅਸੀਂ ਸਾਡੀਆਂ ਉਹ ਜੜ੍ਹਾਂ ਨੇ। ਹਰ ਬੰਦਾ ਇਹ ਚਾਹੁੰਦਾ ਵੀ ਉੱਥੇ ਗੁਰਬਤ ਨਾ ਹੋਵੇ, ਗਰੀਬੀ ਨਾ ਹੋਵੇ, ਮਾਰ ਧਾੜ ਨਾ ਹੋਵੇ, ਲੁੱਟ ਖਸੁੱਟ ਨਾ ਹੋਵੇ। ਅਸੀਂ ਤਾਂ ਉਸ ਮੁਲਕ ਨੂੰ ਖੁਸ਼ਹਾਲ ਹੋਣਾ ਦੇਖਣਾ ਚਾਹੁੰਦੇ ਹਾਂ, ਨਾ ਕਿ ਬਿਲਕੁਲ ਅਸੀਂ ਚਾਹੁੰਦੇ ਕਿ ਪੋਜ਼ਿਟਿਵ ਵਾਈਬਸ ਆਉਣ, ਔਰ ਇਹ ਸਾਡੀ ਵੀ ਸੋਚ ਹੈਗੀ ਹੈ, ਔਰ ਕਿਉਂਕਿ ਨਹੀਂ ਚਾਹੁੰਦੇ, ਕਿਉਂਕਿ ਅਸੀਂ ਚਾਹੁੰਦੇ ਕਿ ਜਿਹੜੇ ਵਸਨੀਕ ਉੱਥੇ ਇਸ ਟਾਈਮ
ਰਹਿ ਰਹੇ ਨੇ, ਘੱਟ ਤੋਂ ਘੱਟ ਉਹਨਾਂ ਦਾ ਭਵਿੱਖ ਜਿਹੜਾ ਉਹ ਵਧੀਆ ਹੋਏ, ਜਿਹੜੇ ਮਾਪਿਓ ਆਸ ਲਾ ਕੇ ਬੈਠੇ ਨੇ ਆਪਣੇ ਬੱਚਿਆਂ ਤੋਂ, ਜਿਨ੍ਹਾਂ ਨੇ ਆਪਣੀ ਆਪਣੀ ਹਾਰਡ ਐਂਡ ਮਨੀ ਇਹਨਾਂ ਬੱਚਿਆਂ ਲਈ ਲਾਈ ਹੈ, ਉਹ ਪੈਸਿਆਂ ਦੇ ਕੇ ਆਪਣੇ 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 ਖੂਨ ਪਸੀਨੇ ਦੀ ਕਮਾਈ ਜੋ ਬੱਚਿਆਂ ਦੀ ਲਾਈ ਹੈ, ਉਹ ਬੱਚਿਆਂ ਦਾ ਭਵਿੱਖ ਜਿਹੜਾ ਉਹ ਵਧੀਆ ਹੋਏ, ਸਾਡੀ ਵੀ ਇਹੀ ਆਸ ਹੈ। ਭੋਗਲ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦੇ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਸਾਰੇ ਕਾਲਰਸ ਕਾਲ ਕਰ ਰਹੇ ਨੇ, ਕਾਲਸ ਆਨੀ ਮੈਨੂੰ ਸ਼ੁਰੂ ਹੋ ਚੁੱਕੀਆਂ ਹਨ, ਮੈਂ ਵੇਖ ਪਾ ਰਿਹਾ, ਤੁਸੀਂ ਆਪਣੇ ਫੋਨ ਕਾਲਸ ਨੂੰ ਨਾ ਕੱਟਿਓ, ਆਈ ਵਿਲ ਲਾਈਕ ਟੂ ਟੇਕ ਯੂਰ ਕਾਲ, ਬਟ ਮੈਨੂੰ ਇੱਕ ਸਮਾਂ ਜਿਹੜਾ ਇਸ ਟਾਈਮ ਮੈਂ ਇਜਾਜ਼ਤ ਦੇ ਰਿਹਾ ਉਹ ਸਿਰਫ ਦੇ ਰਿਹਾ ਨਿੱਕੇ ਜਿਹੇ ਵਕਫੇ ਦਾ, ਔਰ ਵਕਫੇ ਤੋਂ ਬਾਅਦ ਅਸੀਂ ਲਵਾਂਗੇ ਤੁਹਾਡੀ ਕਾਲਸ, ਤੁਹਾਡੇ ਵਿਚਾਰ ਵਟਾਂਦਰਾ ਜ਼ਰੂਰ ਕਰਾਂਗੇ ਤੁਹਾਡੇ ਨਾਲ ਇਸ ਮੁਤਲਕ ਜਿਹੜਾ ਅੱਜ ਅਸੀਂ ਮੁੱਦਾ ਚੁੱਕਿਆ, ਵਟ ਵਿਲ ਬੀ ਦੀ ਇੰਡੀਆਜ਼ ਫਿਊਚਰ ਇਨ 2019 ਲੋਕ ਸਭਾ ਇਲੈਕਸ਼ਨ, ਵਿਲ ਬੀ ਰਾਈਟ ਬੈਕ ਆਫਟਰ ਦਿਸ ਸ਼ਾਰਟ ਬ੍ਰੇਕ।